ਮੌਂਟਰੀਅਲ ਵਿੱਚ ਇੱਕ ਪਿਕਅਪ ਟਰੱਕ ਤੋਂ ਡਿੱਗਣ ਕਰਕੇ 24 ਸਾਲਾ ਨੌਜਵਾਨ ਦੀ ਮੌਤ ਹੋਈ ਹੈ ਜਿਸ ਦੇ ਬਾਰੇ ਕੈਨੇਡੀਅਨ ਪ੍ਰੈਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਕਿਹਾ ਕਿ ਕਿਊਬੈਕ ਤੋਂ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਦੀ ਪਿਕਅਪ ਟਰੱਕ ਦੇ ਪਿੱਛੇ ਤੋਂ ਡਿੱਗਣ ਕਰਕੇ ਮੌਤ ਹੋ ਗਈ ਹੈ ਸ਼ਨੀਵਾਰ ਦੀ ਸਵੇਰ ਦਾ ਇਹ ਮਾਮਲਾ ਹੈ ਜਿਸ ਦੇ ਬਾਰੇ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ 24 ਸਾਲਾ ਨੌਜਵਾਨ ਤੇਜ਼ ਰਫ਼ਤਾਰ 'ਚ ਚੱਲਦੇ ਹੋਏ ਪਿਕਅਪ ਟਰੱਕ ਤੋਂ ਹੇਠਾਂ ਡਿੱਗਿਆ ਸਵੇਰੇ 3:30 ਦੇ ਕਰੀਬ ਦਾ ਸਮਾਂ ਸੀ ਜਦੋਂ ਇਹ ਵਾਪਰਿਆ ਜੋ ਕਿ ਮੌਂਟਰੀਅਲ ਦੇ ਉੱਤਰੀ ਹਿੱਸੇ ਵੱਲ ਵਾਪਰਿਆ ਇਸ ਤਰ੍ਹਾਂ ਨੌਜਵਾਨ ਨੂੰ ਪਹਿਲਾਂ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਜਿਸ ਦੇ ਬਾਰੇ ਐਮਰਜੈਂਸੀ ਰਿਸਪੋਂਡਰਸ ਨੇ ਉਸਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਉਹ ਨੌਜਵਾਨ ਨੂੰ ਹਸਪਤਾਲ ਵੀ ਲੈ ਕੇ ਗਏ ਪਰ ਹਸਪਤਾਲ ਪਹੁੰਚ ਕੇ 24 ਸਾਲਾ ਨੌਜਵਾਨ ਨੇ ਦਮ ਤੋੜ ਦਿੱਤਾ ਜਿਸ ਦੀ ਪਛਾਣ ਨੂੰ ਹਜੇ ਜਨਤਕ ਨਹੀਂ ਕੀਤਾ ਗਿਆ ਸਿਰਫ਼ ਉਸਦੀ ਉਮਰ ਹੀ ਦੱਸੀ ਗਈ ਹੈ ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਉਸ ਵਾਹਨ ਦੇ ਉੱਤੇ 4 ਵਿਅਕਤੀ ਮੌਜੂਦ ਸਨ ਜਿਨ੍ਹਾਂ ਦੇ ਵਿੱਚ 2 ਪਿਕਅਪ ਟਰੱਕ ਦੇ ਅੱਗੇ ਬੈਠੇ ਸਨ ਜਾਂਚ ਟੀਮ ਦਾ ਮੰਨਣਾ ਹੈ ਕਿ ਸ਼ਰਾਬ ਪੀਣਾ ਜਾਂ ਫਿਰ ਨਸ਼ਾ ਕਰਨਾ ਇਸ ਹਾਦਸੇ ਦੇ ਪਿੱਛੇ ਕਾਰਨ ਹੈ ਇਸ ਹਾਦਸੇ ਤੋਂ ਬਾਅਦ ਜੋ ਪਿਕਅਪ ਟਰੱਕ ਸੀ ਉਸ ਦੇ ਵਿੱਚ ਮੌਜੂਦ ਵਿਅਕਤੀ ਉੱਥੇ ਹੀ ਮੌਜੂਦ ਰਹੇ ਅਤੇ ਉਹ ਵੀ ਰੁਕ ਗਏ ਸਨ ਅਤੇ ਉਸਦੇ ਕਰਕੇ ਸੜਕ ਦੇ ਉੱਤੇ ਕੋਈ ਹੋਰ ਹਾਦਸਾ ਨਹੀਂ ਵਾਪਰਿਆ ਕੈਨੇਡੀਅਨ ਪ੍ਰੈਸ ਦੇ ਵੱਲੋਂ ਇਸ ਦੇ ਬਾਰੇ 5 ਸਤੰਬਰ ਨੂੰ ਹੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ ਅੱਜ ਸਵੇਰ ਦਾ ਹੀ ਇਹ ਮਾਮਲਾ ਹੈ